ਮੈਂ ਗੀਤ ਦੇ ਨਾਲ ਗੱਲਾਂ ਕਰਦਾ, ਤੁਹਾਨੂੰ ਚੰਗੀਆਂ ਲੱਗਦੀਆਂ, ਕਿਸੇ ਦਾ ਗੀਤ ਗਾਈ ਜਾਂ ਮੈਂ ਗੱਲਾਂ ਨਾ ਕਰਾਂ? ਹੱਥ ਖੜੇ ਕਰ ਦਿਓ, ਗੱਲਾਂ ਕਰਾਂ ਨਾਲ, ਠੀਕ ਆ, ਕਰੀਏ ਗੱਲਾਂ? ਮੈਨੂੰ ਕਈ ਵਾਰ ਫੋਨ ਆਉਂਦੇ ਵੀ ਗਾਇਆ ਘੱਟ ਕਰ, ਗੱਲਾਂ ਜ਼ਿਆਦਾ ਕਰਿਆ ਕਰ, ਮੇਰੀਆਂ ਭੈਣਾਂ ਬੈਠੀਆਂ ਧੀਆਂ, ਮੈਂ ਖਾਸ ਕਰਕੇ ਨਾ ਮੈਂ ਆਪਣੀਆਂ ਧੀਆਂ ਨੂੰ ਗਾਈਡ ਕਰਨ ਆਉਣਾ, ਆਪਣੀਆਂ ਭੈਣਾਂ ਨੂੰ ਗਾਈਡ ਕਰਨ ਆਉਣਾ, ਮੈਂ ਉਹਨਾਂ ਨੂੰ ਸਮਝਾਉਣਾ ਆਉਣਾ, ਬੱਚਿਆਂ ਨੂੰ ਸਮਝਾਉਣਾ ਆਉਣਾ, ਨਸ਼ਿਆਂ ਤੋਂ ਦੂਰ ਰਹਿਣਾ, ਆਪਣੀਆਂ ਧੀਆਂ ਨੂੰ ਦੱਸਦਾ ਭੈਣਾਂ ਨੂੰ ਵੀ ਗਲਤ ਕਦਮ ਨਹੀਂ ਚੁੱਕਣਾ, ਜਿੱਥੇ ਮਾਂ ਪਿਓ ਤੁਹਾਨੂੰ ਤੋੜਦਾ ਭੈਣ ਭਰਾ ਤੋੜਦੇ ਉੱਥੇ ਜਾਇਆ ਕਰੋ, ਕਿਉਂਕਿ ਜਦੋਂ ਸਾਡੀਆਂ ਧੀਆਂ ਮਰਜ਼ੀ ਕਰਦੀਆਂ ਨਾ, ਉਹ ਆਪਣੀ ਜਿਹੜੀਆਂ ਕੋਰਟ ਮੈਰਜਾਂ ਲਵ ਮੈਰਜਾਂ ਕਰਵਾਉਂਦੀਆਂ, ਉੱਥੇ ਜਾ ਕੇ ਮੁੜ ਕੇ ਮੁਸੀਬਤ ਦੇ ਵਿੱਚ ਫਸਦੀਆਂ, ਅਤੇ ਫਿਰ ਸਾਨੂੰ ਫੋਨ ਕਰਦੀਆਂ, ਆਪਾਂ ਅਣਖੀ ਮਾਂ ਪਿਓ ਨੇ, ਅਣਖੀ ਭਰਾ ਨੇ ਆ, ਅਸੀਂ ਉਹਨੂੰ ਕਹਿੰਦੇ ਤੈਨੂੰ ਜਾਣਦੇ ਨਹੀਂ ਕੌਣ ਆ, ਤੂੰ ਜਿਹੜੇ ਅਣਖੀ ਹੁੰਦੇ ਆ, ਉਹ ਕਹਿੰਦੇ ਅਸੀਂ ਨਹੀਂ ਤੈਨੂੰ ਜਾਣਦੇ ਕੌਣ ਆ, ਸਾਡੇ ਘਰ 'ਚ ਧੀ ਜੰਮੀ ਨਹੀਂ ਸੀ, ਉਹ ਫਿਰ ਉੱਥੇ ਫਾਹ ਲੈ ਕੇ ਮਰਦੀ ਆ, ਕਿ ਚੀਥ ਲਿਆਣ ਕੇ ਮਰਦੀ ਜਾਂ ਯਾਰ ਖਾ ਕੇ ਮਰਦੀ ਆ, ਕਿਉਂਕਿ ਜੇ ਅਸੀਂ ਆਪਣੇ ਹੱਥੀਂ ਧੀਆਂ ਨੂੰ ਤੋਰਾਂਗੇ, ਉਹਦਾ ਵਰ ਲੱਭ ਕੇ, ਚੰਗਾ ਘਰ ਲੱਭ ਕੇ, ਅਤੇ ਸਾਡੀ ਧੀ ਨੂੰ ਉਂਗਲ ਲਾ ਕੇ ਵੇਖਿਆ ਚੋਟੇ ਕਰ ਦਿਆਂਗੇ ਜਾ ਕੇ ਉਹਦੇ, ਤੂੰ ਕੌਣ ਆ ਸਾਡੀ ਧੀ ਨੂੰ ਕੁਛ ਕਹਿਣ ਵਾਲਾ, ਅਤੇ ਜੇ ਮਰਜ਼ੀ ਨਾ ਜਾਣਗੇ ਫਿਰ ਆਪਾਂ ਪਿੱਛੇ ਹੈਗੇ ਉਹਨਾਂ ਦੇ, ਇਹੋ ਜਿਹੀਆਂ ਗੱਲਾਂ ਧੀਆਂ ਨੂੰ ਦੱਸੀ ਦਿਆਂ, ਸੁਣਿਓ। ਮੈਂ ਕੁਲਦੀਪ ਰੰਧਾਵਾ, ਸਾਡੇ ਬੇਟੇ ਰੰਧਾਵਾ ਬ੍ਰਦਰ ਰੰਮੀ ਰੰਧਾਵਾ, ਪ੍ਰਿੰਸ ਰੰਧਾਵਾ, ਤੁਸੀਂ ਅਕਸਰ ਵੇਖਦੇ ਹੋ ਕਿ ਫੇਸਬੁੱਕ 'ਤੇ ਸਟੇਟਸ ਲਾਏ ਹੁੰਦੇ ਆ ਵੀ ਰੰਮੀ ਰੰਧਾਵੇ ਨੇ ਇੱਦਾਂ ਕਰਤਾ, ਪ੍ਰਿੰਸ ਨੇ ਇੱਦਾਂ ਕਰਤਾ, ਨਹੀਂ, ਕਿਉਂਕਿ ਵੱਟੇ ਕਿਹਨੂੰ ਵੱਜਦੇ ਆ, ਜਿਹੜੀ ਬੇਰੀ ਦੇ ਬੇਰ ਮਿੱਠੇ ਹੁੰਦੇ ਆ ਉਹਨੂੰ ਵੱਜਦੇ ਆ, ਅਸੀਂ ਚੰਗਾ ਗਾਉਂਦੇ ਹਾਂ ਸਾਨੂੰ ਚੰਗਾ ਗਾਉਣ ਨਹੀਂ ਦਿੰਦੇ, ਅਸੀਂ ਜਿਹੜੇ ਗਲਤ ਗਾਉਂਦੇ ਉਹਨਾਂ ਦੇ ਖਿਲਾਫ਼ ਬੋਲਦੇ ਹਾਂ, ਤਾਂ ਕਰਕੇ ਉਹ ਝੂਠੀਆਂ ਤੂਹਮਤਾਂ ਲਾਉਂਦੇ ਸਾਡੇ 'ਤੇ, ਅਤੇ ਕੋਈ ਗੱਲ ਨਹੀਂ, ਰੱਬ ਸਾਡੇ ਵੱਲ ਹੈ ਵਾਹਿਗੁਰੂ। ਇੱਦਾਂ ਸੁਣਿਆ ਕਰੋ ਚੰਗੇ ਗਾਇਕਾਂ ਨੂੰ, 5-7 ਗਾਇਕ ਨੇ ਪੰਜਾਬ ਦੇ ਵਿੱਚ ਜਿਹੜੇ ਸੱਭਿਆਚਾਰ ਨਾਲ ਜੋੜ ਕੇ ਰੱਖਦੇ ਸੰਗਤ ਨੂੰ, ਹੁਣ ਕਿਸੇ ਕਾਰਨ ਕਰਕੇ ਨਾ ਮੈਂ ਦੁਗਾਣੇ ਨਹੀਂ ਗਾਉਂਦਾ, ਕੋਈ ਪ੍ਰੋਬਲਮ ਆ, ਮੈਂ ਕੁੜੀ ਲੈ ਕੇ ਨਹੀਂ ਆਉਂਦਾ, ਅਤੇ ਜਿਹੜੇ ਤਾਂ ਮੈਨੂੰ ਇਕੱਲੇ ਨੂੰ ਸੁਣਨ ਵਾਲੇ ਆ ਉਹ ਤਾਂ ਬੁੱਕ ਕਰਦੇ ਆ ਵੀ ਹਾਂ ਇਕੱਲਾ ਕੁਲਦੀਪ ਰੰਧਾਵਾ, ਠੀਕ, ਓਕੇ, ਹਾਂ ਇਕੱਲੇ ਨੂੰ ਸੁਣਨਾ, ਅਤੇ ਕਈ ਆਖਦੇ ਨੇ ਕੁੜੀ ਲੈ ਕੇ ਆ ਨਾਲ ਡਿਊਟ ਸੁਣਨੇ ਆ, ਫਿਰ ਉਦੋਂ ਮੇਰਾ ਮਨ ਦੁਖੀ ਹੁੰਦਾ ਵੀ ਚਲੋ ਕੋਈ ਪ੍ਰੋਬਲਮ ਹੈ ਮੈਂ ਤਾਂ ਨਹੀਂ ਲੈ ਕੇ ਆਉਂਦਾ, ਪਰ ਜੇ ਮੈਂ ਸੱਚੀ ਕੁੜੀ ਲਿਆਵਾਂ ਨਾ ਪੂਰੀ ਜ਼ਿੰਦਗੀ ਜਿੰਨਾ ਚਿਰ ਗਾਉਣਾ, ਫਿਰ ਵੀ ਇੱਦਾਂ ਕਰੂੰ ਸੰਗਤ, ਕਿਉਂਕਿ ਜਦੋਂ ਸੰਗਤ ਸਾਨੂੰ ਉਤਸ਼ਾਹ ਦਿੰਦੀ ਆ ਨਾ, ਉਦੋਂ ਅਸੀਂ ਵਧੀਆ ਗਾਉਂਦੇ ਹਾਂ, ਚੰਗਾ ਗਾਉਂਦੇ ਹਾਂ, ਹੰਗਾਰਾ ਮਿਲੇ ਫਿਰ ਅਸੀਂ ਚੰਗਾ ਗੱਲਾਂ ਕਰਨ ਦੀ ਕੋਸ਼ਿਸ਼ ਕਰਦੇ, ਚੰਗਾ ਗਾਉਂਦੇ ਹਾਂ। ਅਤੇ ਹੁਣ ਮੈਂ ਮਾੜਾ ਮਾੜਾ ਆਪਣੇ ਮੁੰਡਿਆਂ ਨੂੰ ਵੀ ਕਿਹਾ, ਰੰਮੀ ਪ੍ਰਿੰਸ ਨੂੰ, ਵੀ ਮਾੜਾ ਮਾੜਾ ਮੋੜ ਕੱਟ ਦਿਉ ਦੂਜੇ ਬੰਨੇ, ਸੱਭਿਆਚਾਰਕ ਬੜਾ ਗਾ ਲਿਆ, ਅਤੇ ਮੈਂ ਵੀ ਮੋੜ ਕੱਟਣ ਡਿਆ। ਅਗਲੇ ਸਾਲ ਮੈਂ ਜਿੰਨੇ ਵੀ ਮੇਲੇ ਲਾਊਂਗਾ ਦੁਗਾਣੇ ਗਾਉਣੇ, ਇਕੱਲੇ ਨਹੀਂ ਗਾਉਣਾ, ਦੁਗਾਣੇ ਗਾਊਂਗਾ, ਦੁਗਾਣੇ ਵੈਸੇ ਜੇ ਗਾਊਂਗਾ ਕਿਸੇ ਨੇ ਗਾਏ ਨਹੀਂ ਹੋਣਗੇ, ਇੰਨਾ ਗੰਦ ਗਾਊਂ ਮੈਂ, ਇੰਨਾ ਗੰਦੀਆਂ ਗੱਲਾਂ ਕਰੂੰ, ਕਿਉਂਕਿ ਸਾਡਾ ਵੀ ਜੀ ਕਰਦਾ ਕਰੋੜ ਕਰੋੜ ਦੀ ਗੱਡੀ 'ਤੇ ਬਹਿਣ ਨੂੰ, ਸਾਡਾ ਵੀ ਜੀ ਕਰਦਾ ਦਿੱਲੀ ਵਰਗੇ ਸ਼ਹਿਰ ਸਾਡੇ ਬੰਗਲੇ ਆਉਣ, ਪਰ ਉਹ ਕਿੱਦਾਂ ਬਣਦੇ ਆ, ਗੰਦ ਗਾਇਆ ਗੰਦੀਆਂ ਵੀਡੀਓ ਵਿਖਾਇਆ ਤਾਂ ਬਣਦੇ ਆ ਬੰਗਲੇ, ਤਾਂ ਕਰੋੜ ਕਰੋੜ ਦੀਆਂ ਗੱਡੀਆਂ ਮਿਲਦੀਆਂ, ਅਤੇ ਅਸੀਂ ਇਹਨੇ ਵਾਹਿਗੁਰੂ ਜਿਹੜੀ ਡਿਊਟੀ ਲਈ ਆਪਾਂ ਨਿਭਾਉਣ ਡਏ ਹਾਂ। ਪਰ ਸਵੇਰੇ ਕਿ ਮੈਨੂੰ ਫੋਨ ਆ ਗਿਆ, ਕਹਿੰਦੇ ਭਾਈ ਸਾਡਾ ਪ੍ਰੋਗਰਾਮ ਆ, ਅਤੇ ਮੈਂ ਮੁੜ ਕੇ ਜ਼ਿਆਦਾ ਗੱਲਾਂ ਨਹੀਂ ਕਰਨੀਆਂ, ਦੱਸਣ ਨਹੀਂ ਡਿਆ ਤੁਹਾਨੂੰ ਆਪਣਾ ਹਿਰਖ ਮੱਠਾ ਕਰਨੇ ਆ, ਕਹਿੰਦੇ ਭਾਅ ਜੀ ਸਾਡਾ ਪ੍ਰੋਗਰਾਮ ਆ, ਮੈਂ ਕਿਹਾ ਠੀਕ ਆ ਜੀ, ਗੱਲਬਾਤ ਹੋ ਗਈ, ਓਕੇ, ਪੇਮੈਂਟ ਓਕੇ ਹੋ ਗਈ, ਅਤੇ ਕਹਿੰਦੇ ਭਾਅ ਜੀ ਕੁੜੀ ਕਿਹੜੀ ਹੋਊਗੀ, ਮੈਂ ਕਿਹਾ ਵੀ ਕੁੜੀ ਤਾਂ ਫਿਲਹਾਲ ਮੈਂ ਨਹੀਂ ਲੈ ਕੇ ਆਉਂਦਾ, ਕੋਈ ਪ੍ਰੋਬਲਮ ਆ? ਕਹਿੰਦੇ ਨਹੀਂ ਭਾਅ ਜੀ ਕੁੜੀ ਜ਼ਰੂਰੀ ਆ, ਅਤੇ
ਜਿਹੜੀ ਕਮੇਟੀ ਆ ਪਤਾ ਕਿੰਨਾ ਦੀ ਸੀ 50 ਸਾਲ ਤੋਂ ਉੱਪਰ ਉਹਨਾਂ ਦੀ ਵੀਡੀਓ ਕਾਲ ਹੋ ਰਹੀ ਵੀਰ ਉਹਨਾਂ ਨਾਲ ਮੈਂ ਖਿਆਲ ਦੱਸ ਹੁਣ ਜੂਸ ਨੇ ਤਾਂ ਕਹਿਣਾ ਤੂੰ ਖਾਣੇ ਗਾ ਗੰਦ ਗਾ ਸਾਡੇ ਬਜ਼ੁਰਗ ਵੀ ਕਹਿਣ ਡਿਆ ਇਸ ਵਾਸਤੇ ਮਨ ਦੁਖੀ ਹੋ ਗਿਆ ਕਿਉਂਕਿ ਇੱਕ ਨਾ ਕਾਲੀਆ ਫਿਲਮ ਆਈ ਸੀ ਅਮਿਤਾਭ ਬੱਚਨ ਦੀ ਅਤੇ ਉਹਦੀ ਮਾਂ ਬੜੀ ਬਿਮਾਰ ਸੀ ਅਤੇ ਉਹ ਆਪਣੇ ਸੇਠ ਕੋਲ ਗਿਆ ਜਿਹਦੇ ਘਰ ਨੌਕਰੀ ਕਰਦਾ ਸੀ ਕਹਿੰਦਾ ਵੀ ਮੈਨੂੰ 20,000 ਰੁਪਈਆ ਦੇ ਡਾਕਟਰ ਕਹਿੰਦਾ ਵੀ ਜੇ 20,000 ਰੁਪਈਆ ਲੈ ਕਹਿੰਦਾ ਤੇਰੀ ਮਾਂ ਬਚ ਜੂ ਆਉਂਦਾ ਹੈ ਨਹੀਂ ਉਹਨੇ ਰਾਤ ਨੂੰ ਪਤਾ ਸੀ ਤਿਜੋਰੀ ਕਿੱਥੇ ਆ ਕਿਉਂ ਨੌਕਰ ਸੀ ਉਹਦਾ ਉਹਨੇ ਰਾਤ ਨੂੰ ਅਮਿਤਾਭ ਬੱਚਨ ਨੇ ਜਾ ਕੇ ਚੋਰੀ ਕੀਤੀ ਉਹਦੇ ਘਰ 20,000 ਹੀ ਲਿਆ ਉਹਨੇ ਵੱਧ ਨਹੀਂ ਲਿਆ ਅਰਬਾਂ ਰੁਪਈਏ ਪਏ ਸੀ ਤਿਜੋਰੀ ਵਿੱਚ 20,000 ਲੈ ਕੇ ਤੁਰ ਲੱਗਾ ਉਹਨੇ ਲਾਈਟ ਜਗਾ ਦਿੱਤੀ ਉਹ ਵੇਖਣ ਡਿਆ ਸੀ ਗੱਬਰ ਸਿੰਘ ਉਹ ਵੇਖਣ ਡਿਆ ਸੀ ਅਤੇ ਉਹਨੂੰ ਆਂਦਾ ਖੜ ਜਾ ਪੁਲਿਸ ਬੁਲਾ ਤੀ ਫੜਾ ਤਾ ਅਦਾਲਤ 'ਤੇ ਕੇਸ ਗਿਆ ਜਦੋਂ ਜੱਜ ਸਾਹਿਬ ਸਜ਼ਾ ਦੇਣ ਲੱਗਾ ਸਜ਼ਾ ਦੇ ਤੀ ਅਤੇ ਉਹਦਾ ਵਕੀਲ ਜਿਹੜਾ ਸੀ ਨਾ ਉਹ ਤਰਸ ਦੇ ਆਧਾਰ 'ਤੇ ਫਰੀ ਵਕਾਲਤ ਕਰ ਰਿਹਾ ਸੀ ਉਹਦੀ ਉਹ ਜੱਜ ਨੂੰ ਕਹਿੰਦਾ ਜੱਜ ਸਾਹਿਬ ਇਹਦਾ ਨਾਮ ਆ ਕੱਲੂ ਇਹ ਆ ਬੜਾ ਭਲਾ ਮਾ ਸਿੱਧਲੂ ਜਿਹਾ ਵਾ ਬੰਦਾ ਹੈ ਇਹਦਾ ਨਾਮ ਲਾ ਤਾ ਤੁਸੀਂ ਸਜ਼ਾ ਦੇ ਦਿੱਤੀ ਆ ਆਂਦਾ ਜਿੱਥੇ ਘੱਲਣ ਲੱਗੇ ਹੋ ਨਾ ਜਿਹੜੀ ਜੇਲ੍ਹ 'ਚ ਉੱਥੇ ਇਹੋ ਇਹੋ ਜਿਹੇ ਬਦਮਾਸ਼ ਬੰਦੇ ਬੈਠੇ ਆ ਨਾ ਉਹਨਾਂ ਦੀ ਜ਼ਿੰਦਗੀ ਖਰਾਬ ਕਰ ਦੇਣੀ ਜਦੋਂ ਜੇਲ੍ਹ 'ਚੋਂ ਬਾਹਰ ਆਏਗਾ ਇਹ ਕੱਲੂ ਨਹੀਂ ਰਹੇਗਾ ਅਤੇ ਵਾਕਿਆ ਜਦੋਂ ਉਹ ਜੇਲ੍ਹ 'ਚੋਂ ਬਾਹਰ ਆਇਆ ਫਿਰ ਕਾਲੀਆ ਬਣ ਚੁੱਕਾ ਫਿਰ ਬੜੇ ਡਾਕੇ ਮਾਰੇ ਉਹਨੇ ਦੁਖੀ ਹੋ ਗਏ ਇਸ ਵਾਸਤੇ ਆਪੋ ਵੀ ਦੁਖੀ ਹੋ ਗਿਆ ਗਲੀ ਸਾਲ ਗੰਦ ਗਾਉਣਾ ਠੀਕ ਹੈ ਜੀ ਕਿਉਂਕਿ ਕਈ ਪਿੰਡੀ ਸੁਣਦੇ ਆ ਮੈਨੂੰ ਇਕੱਲੇ ਨੂੰ ਅਤੇ ਕਈ ਪਿੰਡੀ ਕਮੇਟੀ ਕਹਿੰਦੇ ਆ ਵੀ ਨਹੀਂ ਕੁੜੀ ਲੈ ਗਿਆ ਪਰ ਵਾਰੇ ਸ਼ਾਹ ਜਦੋਂ ਮਰਨ ਲੱਗਾ ਪਤਾ ਕੀ ਕਹਿੰਦਾ ਅਸੀਂ ਕਿਸੇ ਦੀ ਆਦਤ ਚੇਂਜ ਨਹੀਂ ਕਰ ਸਕਦੇ ਜੋ ਮਰਜ਼ੀ ਕਰ ਲਈਏ ਵਾਰੇ ਸ਼ਾਹ ਪਤਾ ਕੀ ਕਹਿਣ ਲੱਗਾ ਜਾਣ ਲੱਗਾ ਆਉਂਦਾ ਜਦੋਂ ਕਿਸੇ ਇਨਸਾਨ ਨੂੰ ਇੱਕ ਆਦਤ ਪੈ ਜੇ ਅਤੇ ਮਰਨ ਤੱਕ ਉਹਦੀ ਆਦਤ ਨਹੀਂ ਜਾਊ ਉਹਨੇ ਲਿਖਿਆ ਸੀ ਵਾਰੇ ਸ਼ਾਹ ਆਦਤਾਂ ਨਹੀਂ ਜਾਂਦੀਆਂ ਜਿਹੜੀਆਂ ਨਿਭਣ ਸਿਰਾਂ ਦੇ ਨਾਲ ਆਉਂਦਾ ਜਿੱਦਣ ਕੋਈ ਇਨਸਾਨ ਮੈਂ ਮਰ ਚੱਲਿਆ ਜਿੰਨਾ ਚਿਰ ਦੁਨੀਆ ਜਿੱਦਣ ਕਿਸੇ ਇਨਸਾਨ ਨੇ ਆਪਣੀ ਆਦਤ ਚੇਂਜ ਕਰਤੀ ਮੇਰੇ ਇਤਿਹਾਸ ਨੂੰ ਲੋਕ ਲਾ ਦਿਓ ਮੈਂ ਹਾਰ ਮੰਨ ਲੂ ਇਸ ਵਾਸਤੇ ਆਦਤ ਤੋਂ ਆਪਾਂ ਮਜ਼ਬੂਰ ਹਾਂ ਆਪਾਂ ਜਿਹੜੀ ਸਾਨੂੰ ਆਦਤ ਪੈ ਚੁੱਕੀ ਹੈ ਗੰਦ ਸੁਣਦੀ ਗੰਦੀਆਂ ਗੱਲਾਂ ਸੁਣਦੀ ਉਹ 5-7 ਕਲਾਕਾਰ ਪੰਜਾਬ ਦੇ ਨਹੀਂ ਬਦਲ ਸਕਦੇ ਜ਼ਿਆਦਾ ਗੱਲਾਂ ਨਹੀਂ ਕਰਨੀਆਂ ਸੁਣਿਓ ਇੱਕ ਕਿਤੇ ਘਰ 'ਚ ਬਿਮਾਰੀ ਵੜ ਜੇ ਦੂਜਾ ਕਿਤੇ ਸਿਰ 'ਤੇ ਕਰਜ਼ ਚੜ ਜੇ ਹੋਏ ਹੋਏ ਇੱਕ ਕਿਤੇ ਘਰ 'ਚ ਬਿਮਾਰੀ ਵੜ ਜੇ ਦੂਜਾ ਕਿਤੇ ਸਿਰ 'ਤੇ ਕਰਜ਼ ਚੜ ਜੇ ਤੀਜੀ ਪਿੰਡ ਵਿੱਚ ਹੋ ਜੇ ਬਦਨਾਮੀ ਤੀਜੀ ਪਿੰਡ ਵਿੱਚ ਹੋ ਜੇ ਬਦਨਾਮੀ ਇੱਥੇ ਨੇ ਚੀਜ਼ਾਂ ਤਿੰਨੇ ਚੀਜ਼ਾਂ ਮਾਰ ਦਿੰਦੀਆਂ ਬੰਦਾ ਸੱਟੇਬਾਜ ਦਾਰੂ ਤੇ ਜਨਾਨੀ ਤਿੰਨੇ ਚੀਜ਼ਾਂ ਮਾਰ ਦਿੰਦੀਆਂ ਬੰਦਾ ਸੱਟੇਬਾਜ ਦਾਰੂ ਤੇ ਜਨਾਨੀ ਤਿੰਨੇ ਚੀਜ਼ਾਂ ਮਾਰ ਦਿੰਦੀਆਂ ਬੰਦਾ ਸੱਟੇਬਾਜ ਦਾਰੂ ਤੇ ਜਨਾਨੀ ਜਨਾਨੀਆਂ ਕਿਹੜੀਆਂ ਜਿਹੜੀਆਂ ਕੋਠਿਆਂ 'ਤੇ ਮੁਜਰਾ ਕਰਦੀਆਂ ਜਿਹੜੀਆਂ ਔਰਤਾਂ ਦੀ ਗਿਣਤੀ 'ਚ ਨਹੀਂ ਆਉਂਦੀਆਂ ਜਦੋਂ ਉਹ ਆਦਤ ਪੈ ਜਾਂਦੀ ਮੁਜਰੇ ਵੇਖਣ ਦੀ ਉਦੋਂ ਬੰਦੇ ਦੀ ਜ਼ਿੰਦਗੀ ਬਰਬਾਦ ਹਾਂਜੀ ਬਿਮਾਰੀ ਵੜ ਜੇ ਦੂਜਾ ਕਿਤੇ ਸਿਰ ਤੇ ਕਰਜ਼ ਚੜ ਜੇ ਤੀਜੀ ਪਿੰਡ ਵਿੱਚ ਹੋ ਜੇ ਬਦਨਾਮੀ ਇੱਥੇ ਨੇ ਚੀਜ਼ਾਂ ਮਾਰ ਦਿੰਦੀਆਂ ਬੰਦਾ ਸੱਟੇਬਾਜ਼ ਦਾਰੂ ਤੇ ਜਨਾਨੀ ਤਿੰਨੇ ਚੀਜ਼ਾਂ ਮਾਰ ਦਿੰਦੀਆਂ ਬੰਦਾ ਸੱਟੇਬਾਜ਼ ਦਾਰੂ ਤੇ ਜਨਾਨੀ ਤਿੰਨੇ ਚੀਜ਼ਾਂ ਮਾਰ ਦਿੰਦੀਆਂ ਬੰਦਾ ਸੱਟੇਬਾਜ਼ ਦਾਰੂ ਤੇ ਜਨਾਨੀ ਹੇ
ਦੂਜਾ ਕਿਸੇ ਦੇ ਅੱਗੇ ਜੋ ਟੋਇਆ ਪੁੱਟਦਾ। ਇੱਕ ਯਾਰ ਨੂੰ ਹੈ ਯਾਰ ਜਿਹੜਾ ਲੁੱਟਦਾ, ਦੂਜਾ ਕਿਸੇ ਦੇ ਅੱਗੇ ਜੋ ਟੋਇਆ ਪੁੱਟਦਾ। ਤੀਜੀ ਬਹੁਤੀ ਜਿਹੜੀ ਕਰਨੀ ਸ਼ੈਤਾਨੀ, ਤੀਜੀ ਬਹੁਤੀ ਜਿਹੜੀ ਕਰਨੀ ਸ਼ੈਤਾਨੀ, ਇਹ ਤਿੰਨੇ ਚੀਜ਼ਾਂ ਮਾਰ ਦਿੰਦੀਆਂ ਬੰਦਾ ਸੱਟੇਬਾਜ਼ ਦਾਰੂ ਤੇ ਜਨਾਨੀ। ਤਿੰਨੇ ਚੀਜ਼ਾਂ ਮਾਰ ਦਿੰਦੀਆਂ ਬੰਦਾ ਸੱਟੇਬਾਜ਼ ਦਾਰੂ ਤੇ ਜਨਾਨੀ। ਆਪਣਾ ਜੇ ਮਾਰ ਦੇ, ਦੂਜਾ ਪੁੱਤ ਜੇ ਨਲੈਕ ਚੰਦ ਚਾੜ ਦੇ। ਇੱਕ ਆਪਣੀ ਨੂੰ ਆਪਣਾ ਜੇ ਮਾਰ ਦੇ, ਦੂਜਾ ਪੁੱਤ ਜੇ ਨਲੈਕ ਚੰਦ ਚਾੜ ਦੇ। ਤੀਜੀ ਸਾਗ ਵਿੱਚ ਵੱਜਦੇ ਜੇ ਪਾਣੀ। ਹੁਣ ਕਈ ਮੇਰੇ ਵਰਗੇ ਲੰਡੇ ਛੇੜੇ ਉਦਾਂ ਤੁਰੇ ਫਿਰਦੇ ਆ, ਤੇ ਕਿਤੇ ਨੇਪਰੇ ਚੜ੍ਹ ਜੇ ਸਾਗ ਤੇ ਮੁੜ ਕੇ ਪਾਣੀ ਵਾਲਾ ਲੈ ਕੇ ਬਹਿ ਜਾਂਦਾ। ਇਹ ਕਿਹੜਾ ਬੰਦਾ ਸਾਲਾ ਗਾਉਂਦਾ ਫਿਰਦਾ। ਜਦੋਂ ਭਾਨੀ ਵੱਜ ਗਈ ਸਾਰੀ ਉਮਰ ਉਹਦੇ ਪੈਰ ਨਹੀਂ ਲੱਗਦੇ ਮੁੜ ਕੇ ਉਹਦੇ। ਹਾਂਜੀ ਸੁਣਿਓ। ਇੱਕ ਆਪਣੀ ਨੂੰ ਆਪਣਾ ਜੇ ਮਾਰ ਦੇ, ਦੂਜਾ ਪੁੱਤ ਜੇ ਨਲੈ ਕੇ ਚੰਦ ਚਾੜ ਦੇ। ਤੀਜੀ ਸਾਗ ਵਿੱਚ ਵੱਜਦੇ ਜੇ ਭਾਨੀ, ਇਹ ਤਿੰਨੇ ਚੀਜ਼ਾਂ, ਤਿੰਨੇ ਚੀਜ਼ਾਂ ਮਾਰ ਦਿੰਦੀਆਂ ਬੰਦਾ ਸੱਟੇਬਾਜ਼ ਦਾਰੂ ਤੇ ਜਨਾਨੀ। ਇੱਕ ਮਿੱਤਰੋ ਦੁਪਹਿਰੇ ਉੱਲੂ ਬੋਲਦਾ, ਦੂਜਾ ਭੇਤ ਜੇ ਦਿਲਾਂ ਦਾ ਯਾਰ ਖੋਲਦਾ। ਇੱਕ ਮਿੱਤਰੋ ਦੁਪਹਿਰੇ ਉੱਲੂ ਬੋਲਦਾ, ਦੂਜਾ ਭੇਤ ਜੇ ਦਿਲਾਂ ਦਾ ਯਾਰ ਖੋਲਦਾ। ਤੀਜੀ ਆਪਣੀ ਨੂੰ ਸਮਝੇ ਬਗਾਨੀ, ਐਵੇਂ ਬਗਾਨੀ ਔਰਤ ਪਿੱਛੇ ਲੱਗ ਕੇ ਆਪਣੇ ਨੂੰ ਕੁੱਟਣ ਲਿਆਉਂਦਾ ਵਿਹੜੇ ਜਲਮੇ ਪਾ ਕੇ। ਆਖਿਰ ਕੰਮ ਉਹਨੇ ਆਉਣਾ ਜਿਹੜੀ ਸਿਹਰ ਨਾਲ ਵਿਆਹ ਕੇ ਲਿਆਉਂਦੀ ਆ, ਦੂਜੀ ਜਿੰਨਾ ਚਿਰ ਸਾਡੇ ਕੋਲ ਪੈਸਾ ਉਨਾ ਚਿਰ। ਅਤੇ ਜਦੋਂ ਪੈਸਾ ਮੁੱਕ ਜਾਣਾ ਉਹਨੇ ਕਹਿਣਾ ਜਾ ਬੂਥੀ ਸਾਂਭ ਜਾ ਕੇ ਬਾਂਦਰ ਵਰਗੀ ਗੱਡੀ ਫਿਰਦਾ। ਅਤੇ ਜਦੋਂ ਸਾਡੇ ਕੋਲ ਪੈਸਾ ਫਿਰ ਕਹਿੰਦੀ ਡਾਰਲਿੰਗ ਹਮ ਆਪ ਕੇ ਬਗੈਰ ਰਹਿ ਨਹੀਂ ਸਕਦੇ। ਉਹ ਹੀ ਬਾਂਦਰ ਵਰਗੀ ਬੂਥੀ ਸੋਹਣੀ ਲੱਗਣ ਡੀ ਹੁੰਦੀ ਹੈ। ਹਾਂਜੀ ਇੱਕ ਮਿੱਤਰੋ ਦੁਪਹਿਰੇ ਉੱਲੂ ਖੋਲਦਾ, ਦੂਜਾ ਭੀਤ ਜੇ ਦਿਲਾਂ ਦਾ ਯਾਰ ਖੋਲਦਾ। ਤੀਜੀ ਆਪਣੀ ਨੂੰ ਸਮਝੇ ਬਗਾਨੀ, ਤੀਜੀ ਆਪਣੀ ਨੂੰ ਸਮਝੇ ਬਗਾਨੀ। ਇਤਨੇ ਚੀਜ਼ਾਂ, ਇਤਨੇ ਚੀਜ਼ਾਂ ਮਾਰ ਦਿੰਦੀਆਂ।